ਪੱਥਰ ਲੈ ਕੇ ਖੜ੍ਹੇ ਸੀ, ਕਈ ਕੁਛ ਲੈ ਕੇ ਖੜ੍ਹੇ ਸੀ। ਮੈਂ ਅੱਗ ਸੇਕ ਰਹੀ ਸੀ, ਅੱਗ ਤੋਂ ਚੁੱਕ ਚੁੱਕ ਕੇ ਡਾਂਗਾ ਉਹਨਾਂ ਨੇ ਮਾਰੀਆਂ, ਮੇਰੀਆਂ ਬਾਹਾਂ ਕਾਫੀ ਸੁੱਜੀਆਂ ਹੋਈਆਂ ਸੀ। ਇੱਕਦਮ 4-5 ਹਜ਼ਾਰ ਦਾ ਜ਼ੂਮ ਆ ਗਿਆ, ਕਹਿੰਦੇ ਸੀ ਮਾਰ ਦੇਣਾ ਇਹਨਾਂ ਨੂੰ ਅਤੇ ਅੱਗ ਲਾ ਦੇਣੀ ਆ ਘਰਾਂ ਨੂੰ। ਇਹ ਨਾ ਬੜੀ ਮੁਸ਼ਕਲ ਅਸੀਂ ਜਾਨ ਬਚਾਈ, 9 ਮਹੀਨੇ ਅਸੀਂ ਗੁਰਦੁਆਰੇ ਰਹੇ ਹਾਂ। ਆਪਦਾ ਬਚਾਈ ਨੂੰ ਮਾਰੋ ਕੁਚਲ ਦਿਓ, ਟਹਿਣੀਆਂ ਪਟਰੋਲ ਦੀਆਂ ਟਹਿਣੀਆਂ ਹੱਥਾਂ ਵਿੱਚ ਟੈਰ ਗੱਲ ਪਾ ਕੇ ਅੱਗ ਲਾਉਂਦੇ ਕਰਦੇ ਸੀ। ਸੰਨ 1984 ਦੇ ਵਿੱਚ ਦਿੱਲੀ 'ਚ ਹੋਏ ਸਿੱਖ ਕਤਲੇਆਮ ਦਾ ਉਹ ਮੰਜ਼ਰ ਜਿਸ ਬਾਰੇ ਸੁਣ ਕੇ ਅਤੇ ਸੋਚ ਕੇ ਹਰ ਇੱਕ ਦੀ ਰੂਹ ਕੰਬ ਜਾਂਦੀ ਹੈ। ਅੱਜ ਤੁਹਾਨੂੰ ਉਸ ਪੀੜਤ ਪਰਿਵਾਰ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ 1984 ਦੇ ਵਿੱਚ ਦਿੱਲੀ ਦੇ ਅੰਦਰ ਸਿੱਖ ਕਤਲੇਆਮ ਦਾ ਦਰਦ ਆਪਣੇ ਪਿੰਡੇ ਤੇ ਹੰਡਾਇਆ ਅਤੇ ਦਿੱਲੀ ਤੋਂ ਇਹ ਪਰਿਵਾਰ ਤਸ਼ੱਦਦ ਦਾ ਸ਼ਿਕਾਰ ਹੋ ਕੇ ਅੰਮ੍ਰਿਤਸਰ ਆ ਗਿਆ, ਜੋ ਅੱਜ 40 ਸਾਲ ਬੀਤ ਜਾਣ ਦੇ ਬਾਅਦ ਵੀ ਉਸ ਦਰਦ ਨੂੰ ਆਪਣੇ ਪਿੰਡੇ ਤੇ ਹੰਡਾ ਰਿਹਾ। ਇਸ ਪੀੜਤ ਪਰਿਵਾਰ ਦੇ ਮੁਖੀ ਦੀ ਮੌਤ ਹੋ ਚੁੱਕੀ ਹੈ ਅਤੇ ਬਜ਼ੁਰਗ ਮਾਤਾ ਆਪਣੇ ਗੁਜ਼ਾਰੇ ਲਈ ਮਿਹਨਤ ਮਜ਼ਦੂਰੀ ਕਰਕੇ ਪੇਟ ਪਾਲਣ ਨੂੰ ਮਜਬੂਰ ਹੈ ਕਿਉਂਕਿ ਪੁੱਤ ਹਾਰਟ ਦਾ ਮਰੀਜ਼ ਹੈ ਅਤੇ ਮਾਤਾ 5,000 ਰੁਪਏ ਮਹੀਨੇ ਤੇ ਮਜ਼ਦੂਰੀ ਕਰਦੀ ਹੈ ਤੇ 2,500 ਰੁਪਏ ਕਿਰਾਇਆ ਭਰ ਗੁਜ਼ਾਰਾ ਕਰ ਰਹੀ ਹੈ। ਇਸ ਪਰਿਵਾਰ ਨੂੰ ਦੰਗਾ ਪੀੜਤਾਂ ਦੇ ਮੁੜ ਵਸੇਬੇ ਲਈ ਕੁਆਟਰ ਵੀ ਅਲਾਟ ਹੋਇਆ ਸੀ ਪਰ ਉਹ ਵੀ ਭੂ ਮਾਫੀਆ ਦੇ ਵੱਲੋਂ ਜ਼ਬਤ ਕਰ ਲਿਆ ਗਿਆ ਅਤੇ ਇਸ ਪਰਿਵਾਰ ਵੱਲੋਂ ਹੁਣ ਮੀਡੀਆ ਦੇ ਸਾਹਮਣੇ ਆ ਕੇ ਆਪਣਾ ਦਰਦ ਬਿਆਨ ਕੀਤਾ ਤੇ ਆਪਣੀ ਹੱਡ ਬੀਤੀ ਸੁਣਾਈ, ਜਿਸ ਤੋਂ ਬਾਅਦ ਓਬੀਸੀ ਪੰਜਾਬ ਪ੍ਰਧਾਨ ਸਰਬਜੀਤ ਸੋਨੂ ਜੰਡਿਆਲਾ ਵੱਲੋਂ ਇਸ ਪਰਿਵਾਰ ਨੂੰ ਰਾਸ਼ਨ ਤੇ ਹੋਰ ਮਦਦ ਦਿੰਦਿਆਂ ਇਸ ਪਰਿਵਾਰ ਦੀ ਮਦਦ ਕੀਤੀ। ਫਿਲਹਾਲ ਇਹ ਪਰਿਵਾਰ ਹੁਣ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਉਂਦਾ ਨਜ਼ਰ ਆ ਰਿਹਾ ਹੈ। ਫਿਲਹਾਲ ਤੁਸੀਂ ਵੀ ਸੁਣੋ ਇਸ ਪਰਿਵਾਰ ਦੀ ਹੱਡ ਬੀਤੀ। ਇੱਕਦਮ 4-5 ਹਜ਼ਾਰ ਦਾ ਜ਼ੂਮ ਆ ਗਿਆ ਅਤੇ ਉਹ ਪਹਿਲਾਂ ਨਾ ਮੇਰੇ ਘਰ ਵਾਲੇ ਨੂੰ ਕਹਿੰਦੇ ਜ਼ਹਿਰੀਲਾ ਨਾ ਆ ਗਿਆ ਅਤੇ ਉਹ ਪੱਥਰ ਲੈ ਕੇ ਖੜ੍ਹੇ ਸੀ, ਕਈ ਕੁਛ ਲੈ ਕੇ ਖੜ੍ਹੇ ਸੀ। ਮੈਂ ਅੱਗ ਸੇਕ ਰਹੀ ਸੀ, ਅੱਗ ਤੋਂ ਚੁੱਕ ਚੁੱਕ ਕੇ ਡਾਂਗਾ ਉਹਨਾਂ ਨੇ ਮਾਰੀਆਂ, ਮੇਰੀਆਂ ਬਾਹਾਂ ਕਾਫੀ ਸੁੱਜੀਆਂ ਹੋਈਆਂ ਸੀ। ਕਹਿੰਦੇ ਇਹਨਾਂ ਬੱਚਿਆਂ ਨੂੰ ਮਾਰ ਦੇਣਾ, ਤਾਂ ਮੈਂ ਕਿਹਾ ਪਹਿਲਾਂ ਅਸੀਂ ਮਾਰਾਂਗੇ, ਪਿੱਛੋਂ ਸਾਡੇ ਬੱਚਿਆਂ ਨਾਲ ਜੋ ਹੋਏਗਾ ਹੋਏਗਾ। ਬੜੀ ਮੁਸ਼ਕਲ ਜਾਨ ਬਚਾਈ, ਪਿੱਛੋਂ ਤੱਕ ਵੈਰ ਪਏ ਰਹੇ, ਪਿੱਛੋਂ ਕਹਿੰਦੇ ਜਦੋਂ ਇਹ ਕੰਮ ਤੋਂ ਤਨਖਾਹ ਲਿਆਏਗਾ ਅਸੀਂ ਹਮਲਾ ਬੋਲ ਦਾਂਗੇ। ਦਿੱਲੀ ਦੇ ਬੜੇ ਹਾਲਾਤ, ਅਸੀਂ ਕਹਿੰਦੇ ਸੀ ਮਾਰ ਦੇਣਾ ਇਹਨਾਂ ਨੂੰ ਅਤੇ ਅੱਗ ਲਾ ਦੇਣੀ ਆ ਘਰਾਂ ਨੂੰ। ਪਟਰੋਲ ਇਹਦੀ 18 ਸਾਲ ਦੀ ਸੀ, ਲੜਕੀ 13 ਸਾਲ ਦੀ ਸੀ ਅਤੇ ਇਹ ਨਾ ਬੜੀ ਮੁਸ਼ਕਲ ਅਸੀਂ ਜਾਨ ਬਚਾਈ, 9 ਮਹੀਨੇ ਅਸੀਂ ਗੁਰਦੁਆਰੇ ਰਹੇ ਹਾਂ ਅਤੇ ਘਰ ਵਾਲੇ ਨੂੰ ਵੀ ਸੱਟਾਂ ਲੱਗੀਆਂ। ਜਦੋਂ ਦੇ ਆ ਅਸੀਂ ਉਦੋਂ ਦਾ ਸੰਘਰਸ਼ ਹੀ ਕੱਟ ਰਹੇ ਹਾਂ। ਅਤੇ ਮਕਾਨ ਵੀ ਮਿਲਿਆ ਸੀ, ਮਕਾਨ ਵੀ ਖੁੱਸ ਗਿਆ ਅਤੇ ਪਤਾ ਨਹੀਂ ਲਾ ਕਿਸੇ ਦੀ ਕੋਈ ਕਿਸੇ ਦੀ ਦੁਸ਼ਮਣੀ ਹੋਈ ਕਿ ਕੀ ਹੋਇਆ। 2 ਸਾਲ ਅਸੀਂ ਮਕਾਨ 'ਚ ਰਹੇ ਹਾਂ ਅਤੇ ਪਿੱਛੋਂ ਇਹਨਾਂ ਨਾਲ ਲੜਾਈ ਪਤਾ ਨਹੀਂ ਕਲੜਕਦੀ ਹੋ ਗਈ, ਜਾਣੇ ਰੱਬ ਕੀ ਹੋਇਆ। ਅਤੇ 2 ਸਾਲ ਤੋਂ ਬਾਅਦ ਉਹਨਾਂ ਫਿਰ ਮਕਾਨ ਖੋਲ੍ਹਿਆ। ਪਹਿਲਾਂ
ਤਨਖਾਹਾਂ ਕੰਮ ਕਰਦੇ ਸੀ ਜੀ, ਤਨਖਾਹਾਂ ਕੰਮ ਕਰਦੇ ਸੀ, ਫਿਰ 35 ਸਾਲ ਤੋਂ ਉਹਨਾਂ ਕੋਈ ਕੰਮ ਨਹੀਂ ਕੀਤਾ, ਫਿਰ ਲੱਤ ਟੁੱਟੀ ਹੋਈ ਸੀ ਅਤੇ ਕੰਮ ਉਹਨਾਂ ਕੋਲੋਂ ਕੀ ਹੋਣਾ ਸੀ, ਫਿਰ ਗੁਰਦੁਆਰਿਆਂ ਦੀ ਸੇਵਾ ਸੁਵਾ ਕਰਦੇ ਸੀ, ਉਹ ਵੀ ਜਦੋਂ ਠੀਕ ਹੋਏ ਅਤੇ ਉੱਥੋਂ ਪ੍ਰਸ਼ਾਦਾ ਛਕ ਲੈਂਦੇ ਸੀ, ਕਦੀ ਕਦੀ ਜਾਂਦੇ ਸੀ, ਫਿਰ ਵਿਆਹ ਇਹਦਾ ਹੋਇਆ ਦਰਬਾਰ ਸਾਹਿਬ ਸ਼ਹੀਦਾਂ ਸਾਹਿਬ ਜਾਂਦੇ ਸੀ, ਅਤੇ ਮੈਂ ਕਿਹਾ ਤੁਹਾਨੂੰ ਸੱਟ ਸੁੱਟ ਫਿਰ ਲੱਗ ਜਾਏਗੀ, ਤੁਸੀਂ ਘਰ ਬੈਠਿਆ ਕਰੋ, ਇੱਥੇ ਗੁਰਦੁਆਰੇ ਚੱਲ ਜਾਇਆ ਕਰੋ, ਅਤੇ ਫਿਰ ਨੀ ਸੱਟਾਂ, ਮੇਰੀ 78 ਸਾਲ ਦੀ, ਦੋ ਜਣੀਆਂ ਮੈਂ ਅਤੇ ਮੇਰੀ ਨੂੰਹ ਆ, ਮੈਂ ਵੀ ਘਰਾਂ ਦਾ ਕੰਮ ਕਰਦੀ ਹਾਂ, ਉਹ ਵੀ ਘਰਾਂ ਦਾ ਕੰਮ ਕਰਦੀ ਹੈ, ਅਤੇ ਆਰਾਮ ਤਾਂ ਕਰਨਾ ਚਾਹੀਦਾ ਆ, ਪਰ ਕਰਮਾ ਹੁਣ ਉਹੋ ਜਿਹੇ ਆ, ਅਤੇ ਬੇਟਾ ਵੀ ਨਹੀਂ ਠੀਕ, ਅਤੇ ਫਿਰ ਕੰਮ ਤਾਂ ਕਰਨਾ ਹੀ ਪੈਣਾ ਹੈ, ਕਿਰਾਇਆ ਦੇਣਾ ਮਕਾਨ ਦਾ, ਪਾਣੀ ਦੀ ਵੀ ਤੰਗੀ ਆ, ਪਾਣੀ ਵੀ ਨਹੀਂ, ਹੁਣ ਲੋਕਾਂ ਦੇ ਘਰਾਂ 'ਚ ਪਾਣੀ ਵੀ ਭਰਨਾ, ਕਈ ਕੁਛ ਕਰਨਾ, ਅਸੀਂ ਤਾਂ ਕਹਿੰਦੇ ਹਾਂ ਵੀ ਚਲੋ ਜੋ ਥੋੜ੍ਹੀ ਬਹੁਤੀ ਮਦਦ ਆ ਮਿਲ ਜੇ, ਅਤੇ ਚਲੋ ਸਿਰ ਦਾ ਆਸਰਾ ਹੀ ਮਿਲ ਜੇ, ਆਸਰਾ ਹੀ ਮਿਲ ਜੇ, ਚਲੋ ਮੈਂ ਤਾਂ ਕੱਟ ਲਈ ਆ, ਹੁਣ ਬੱਚੇ ਆ, ਬੱਚਿਆਂ ਕਰਕੇ ਮੁਸ਼ਕਲ ਆ, ਦਿੱਲੀ ਦੇ, ਹਾਂਜੀ ਦਿੱਲੀ ਦੇ ਜੀ ਬਹੁਤ ਮਾੜੇ ਹਾਲਾਤ ਵੇਖੇ ਆ, ਮਸਾਂ ਹੀ ਆਪਾਂ ਜਾਨਾਂ ਬਚਾ ਕੇ ਉੱਥੋਂ ਨਿਕਲੇ ਆ, ਮੋਬਲੀ ਏਰੀਏ ਦੇ ਵੀ ਹੱਥ ਪੈਰ ਡਾਂਗਾ ਡੂੰਗਾ ਮਾਰ ਕੇ ਹੱਥ ਪੈਰ ਤੋੜ ਦਿੱਤੇ ਗਏ, ਮੈਨੂੰ ਕਹਿੰਦੇ ਸੀ ਅੱਗ ਲਾ ਕੇ ਬਸ ਸੱਪ ਦਾ ਬੱਚਾ ਇਹਨੂੰ ਮਾਰ ਦਿਓ ਕੁਚਲ ਦਿਓ, ਅੱਗ ਲੜਕਾ 5000 ਦਾ ਹਜੂਮ ਸੀ ਉਹਦੇ ਵਿੱਚ, ਹੱਥਾਂ ਕੈਨੀਆਂ ਪੈਟਰੋਲ ਦੀਆਂ ਕੈਨੀਆਂ, ਹੱਥਾਂ ਵਿੱਚ ਟਾਇਰ ਗਲ 'ਚ ਪਾ ਕੇ ਅੱਗ ਲਾਉਂਦੀ ਕਰਦੇ ਸੀ, ਬਸ ਅਸੀਂ ਭੱਜ ਕੇ ਜਲ ਮਸਾਂ ਹੀ ਜਾਨਾ ਬਚਾਈ ਗੁਰਦੁਆਰਾ ਸਾਹਿਬ, ਨੌ ਮਹੀਨੇ ਗੁਰਦੁਆਰਾ ਸਾਹਿਬ ਆਪਾਂ ਕੱਟੇ ਜਾਨਾ, ਉਹਦੇ 17-18 ਸਾਲ ਉਮਰ, ਹਾਂਜੀ ਹਾਂਜੀ ਬਹੁਤ ਮੰਜ਼ਰ ਉਹਦੇ ਲੋਕਾਂ ਮੇਰੇ ਜਦੋਂ ਬਹੁਤ ਜ਼ਿਆਦਾ ਬਹੁਤ ਮਾੜੇ ਹਾਲਾਤ ਸੀ, ਬੜੇ ਮਾੜੇ ਹਾਲਾਤਾਂ 'ਚ ਅੱਜ 40 ਸਾਲ ਤਕਰੀਬਨ ਹੋ ਗਏ ਆ ਸਾਨੂੰ, ਹਾਲਾਤ ਕੁਦਰੇ ਨੇ ਘਰ ਦਾ ਕੋਈ ਸੈਟਿੰਗ ਨਹੀਂ ਹੋਈ ਘਰ ਦੀ, ਕੋਈ ਕੁਛ ਨਹੀਂ, ਕੋਈ ਕੰਮ ਕਾਰ ਨਹੀਂ ਸੈੱਟ, ਕੋਈ ਕੋਈ ਮਾਤਾ ਇੰਨੀ ਬਜ਼ੁਰਗ ਹੈ ਮਾਤਾ ਕੋਲੋਂ ਵੀ ਕੰਮ ਨਹੀਂ ਹੁੰਦਾ, ਸਾਡੇ ਕੋਲੋਂ ਕੰਮ ਮਾਤਾ ਮੰਗ ਸਕਦਾ ਕੋਈ ਕਰਦੇ ਆ, ਜੋ ਸਿਲ ਕਾਵਾ ਦਿੱਤਾ ਜਾਵੇ ਕੁਛ, ਜੋ ਸਹੂਲਤ ਸਾਨੂੰ ਬਣਦੀ ਆ ਉਹ ਦਿੱਤੀ ਜਾਵੇ। ਦੇਖੋ ਅੱਜ ਉਸ ਪਰਿਵਾਰ ਕੋਲ ਆਏ ਹਾਂ ਜੋ ਦੰਗਾ ਪੀੜਿਤ ਪਰਿਵਾਰ ਨੇ, ਜੋ ਸੁੱਖ ਸਹੂਲਤਾਂ ਸਰਕਾਰ ਵੱਲੋਂ ਇਹਨਾਂ ਨੂੰ ਮਿਲਣੀਆਂ ਚਾਹੀਦੀਆਂ ਸੀ ਉਹ ਮਿਲੀਆਂ ਨਹੀਂ, ਅਤੇ ਸਾਡੀ ਭੈਣ ਨੇ ਮਨਪ੍ਰੀਤ ਭੈਣ ਨੇ ਸਾਡੀ ਨੇ ਜਦੋਂ ਸਾਡੇ ਤੱਕ ਪਹੁੰਚ ਕੀਤੀ ਸਾਨੂੰ ਪਤਾ ਲੱਗਾ, ਅਤੇ ਅੱਜ ਅਸੀਂ ਦੇਖਣ ਆਏ ਹਾਂ, ਇੱਕ ਤਾਂ ਮਾਤਾ ਜੀ ਜਿਨ੍ਹਾਂ ਦੀ 80-85 ਸਾਲ ਉਮਰ ਹੋ ਗਈ, ਉਹਨਾਂ ਕੋਲ ਚੱਲਿਆ ਨਹੀਂ ਜਾਂਦਾ ਚੰਗੀ ਤਰ੍ਹਾਂ, ਫਿਰ ਉਹਨਾਂ ਦੇ ਬੇਟਾ ਵਾ, ਉਹਨਾਂ ਦੀ ਬਹੁਤ ਜ਼ਿਆਦਾ ਹਾਰਟ ਦੀ ਪ੍ਰੋਬਲਮ ਆ ਔਰ ਇਲਾਜ ਨਹੀਂ ਕਰਵਾ ਪਾ ਰਹੇ ਹੋ, ਔਰ ਸਾਡੀ ਭੈਣ ਨੇ ਬੜੀ ਦਲੇਰੀ ਕਰਕੇ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਸਾਂਭ ਕੇ ਰੱਖਿਆ, ਅਤੇ ਅੱਜ ਜਿੰਨੀਆਂ ਵੀ ਸੁੱਖ ਸਹੂਲਤਾਂ ਸੀ ਉਹਨਾਂ ਤੋਂ ਬਿਲਕੁਲ ਹੀ ਵਾਂਝੇ ਨੇ, ਰੈੱਡ ਕਾਰਡ ਬਣਿਆ ਇਹਨਾਂ ਦਾ, ਔਰ ਮੈਂ ਆਪਣੀ ਸਿੱਖ ਕੌਮ ਨੂੰ, ਆਪਣੇ ਲੋਕਾਂ ਨੂੰ, ਸਮਾਜ ਸੇਵੀਆਂ ਨੂੰ, NRI ਵੀਰਾਂ ਨੂੰ, ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰ ਕਿ ਭਰਾਓ ਅੱਜ ਉਹ ਵੇਲਾ ਵਾ, ਅਸੀਂ ਆਪਣੇ ਉਹਨਾਂ ਪਰਿਵਾਰਾਂ ਨਾਲ ਖੜੀਏ ਜਿਨ੍ਹਾਂ ਨੇ ਵਿਚਾਰਿਆਂ ਨੇ ਉਹ ਸਜ਼ਾ ਹੰਢਾਈ ਆ ਜਿਹੜੀ ਕਿ ਉਹਨਾਂ ਨੂੰ ਨਹੀਂ ਸੀ ਮਿਲਣੀ ਚਾਹੀਦੀ, ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀ, ਅਤੇ ਅੱਜ ਉਹਨਾਂ ਦਾ ਬੁਢਾਪਾ ਔਰ ਗਾੜੀ ਉਹਨਾਂ ਦਾ ਜਿਹੜਾ
ਬੇਟਾ ਵਾ ਉਹਦੇ ਵੀ ਬੜੇ ਬੁਰੇ ਹਾਲਾਤ ਨੇ ਅਤੇ ਕਿਰਾਏ 'ਤੇ 2500 ਰੁਪਏ ਦਾ ਘਰ ਆ, ਘਰ 'ਚ ਖਾਣ ਲਈ ਇੱਕ ਦਾਣਾ ਨਹੀਂ, ਬਹੁਤ ਹੀ ਬੁਰੇ ਹਾਲਾਤ ਨੇ। ਮੈਂ ਆਪ ਜਦੋਂ ਆ ਕੇ ਵੇਖਿਆ, ਬੜੇ ਦਿਨਾਂ ਦਾ ਸਾਡੀ ਭੈਣ ਨੇ ਕਿਹਾ ਸੀ ਅੱਜ ਵੇਖਿਆ, ਔਰ ਬਹੁਤ ਸਾਰੇ ਮੀਡੀਆ ਵਾਲੇ ਵੀਰਾਂ ਨੂੰ ਵੀ ਇਹਨਾਂ ਨੇ ਬੇਨਤੀ ਕੀਤੀ ਪਰ ਕੋਈ ਨਹੀਂ ਆਇਆ। ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਔਰ ਗੁਰੂ ਰਾਮਦਾਸ ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੁਸੀਂ ਇਸ ਪਰਿਵਾਰ ਦੀ ਸਾਰ ਲਈ, ਕਿਉਂਕਿ ਤੁਹਾਡੀ ਵੀ ਇਹ ਸੇਵਾ ਵਾ ਜਿਹੜਾ ਤੁਸੀਂ ਆ ਕੇ ਪਰਿਵਾਰ ਦੀ ਸਾਰ ਲਈ, ਔਰ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਭਰਾਓ ਆਪਾਂ ਮਦਦ ਕਰੀਏ, ਇਸ ਪਰਿਵਾਰ ਦੀ ਮਦਦ ਆਪਾਂ ਕਰਨੀ, ਜਿੰਨੇ ਜੋਗਾ ਮੈਂ ਹੈਗਾ ਮੈਂ ਕਰੂੰਗਾ, ਜਿੰਨੇ ਜੋਗੇ ਤੁਸੀਂ ਜੇ ਇੱਥੇ ਡਾਇਰੈਕਟ ਹੀ ਆਓ, ਜਿੰਨੀ ਜਿੰਨੀ ਮਦਦ ਕਰ ਸਕਦੇ ਜੇ, ਕਿਉਂਕਿ ਜੇ ਅਸੀਂ ਆਪਣੇ ਲੋਕਾਂ ਨਾਲ ਹੀ ਨਹੀਂ ਖੜਾਂਗੇ ਤਾਂ ਫਿਰ ਬਹੁਤ ਮਾੜੀ ਗੱਲ ਹੈ, ਕਿਉਂਕਿ ਫਿਰ ਸਾਨੂੰ ਦੂਜੇ ਦੇਸ਼ਾਂ 'ਚ ਜਾ ਕੇ ਲੰਗਰ ਲਾਉਣ ਦਾ ਕੋਈ ਫਾਇਦਾ ਨਹੀਂ, ਕੋਈ ਫਾਇਦਾ ਨਹੀਂ ਲੋਕਾਂ ਦੀ ਮਦਦ ਕਰਨ ਦਾ ਦੂਜੀਆਂ ਕੰਟਰੀਆਂ 'ਚ ਜਾ ਕੇ, ਜੇ ਆਪਣੇ ਲੋਕਾਂ ਦੇ ਨਾਲ ਹੀ ਨਹੀਂ ਖਲੋ ਸਕਦੇ। ਅੱਜ ਲੋੜ ਹੈ ਇਸ ਪਰਿਵਾਰ ਨੂੰ, ਆਪਣੇ ਕਰਕੇ ਕਿਸੇ ਪਰਿਵਾਰ ਦੀ ਜ਼ਿੰਦਗੀ ਬਚ ਸਕਦੀ ਆ, ਔਰ ਮੈਂ ਕੱਲ੍ਹ ਨੂੰ ਇਸ ਪਰਿਵਾਰ ਨੂੰ DC ਸਾਹਿਬ ਕੋਲ ਲੈ ਕੇ ਜਾਊਂਗਾ ਅੰਮ੍ਰਿਤਸਰ ਦੇ ਕੋਲ, ਔਰ ਜਿਹੜੀਆਂ ਸੁੱਖ ਸਹੂਲਤਾਂ ਇਹਨਾਂ ਦੀਆਂ ਬਣਦੀਆਂ, ਇਹਨਾਂ ਦਾ ਹੱਕ ਬਣਦਾ, ਉਹ ਆਖਰੀ ਸਾਹ ਤੱਕ ਲੜ ਕੇ ਇਹਨਾਂ ਨੂੰ ਦਵਾਊਂਗਾ। ਬਿਲਕੁਲ ਜੀ, ਤੁਹਾਨੂੰ ਮੀਡੀਆ ਨੂੰ ਨਾਲ ਲੈ ਕੇ ਜਾਊਂਗਾ, ਔਰ ਜਿੰਨੇ ਜੋਗਾ ਹੈਗਾ ਨਾਲ ਖੜਾ ਵਾਂ, ਕਿਉਂਕਿ ਜੇ ਸਾਡੀ ਭੈਣ ਨੇ ਐਡਾ ਵੱਡਾ ਉਪਰਾਲਾ ਕਰਕੇ ਆਪਣੇ ਪਰਿਵਾਰ ਨੂੰ ਸਾਂਭ ਕੇ ਇੱਥੋਂ ਤੱਕ ਲੈਣ ਦਾ ਤੁਹਾਡੇ ਜ਼ਰੀਏ, ਤਾਂ ਹੁਣ ਸਾਡਾ ਫਰਜ਼ ਬਣਦਾ ਵਾ ਵੀ ਜਦੋਂ ਦਿਨ ਚੜ੍ਹੇ ਉਦੋਂ ਸਵੇਰ ਆ, ਹੁਣ ਸਾਡਾ ਸਾਰਿਆਂ ਦਾ ਫਰਜ਼ ਆ ਕਿ ਅਸੀਂ ਆਪਣੀ ਭੈਣ ਦਾ ਸਾਥ ਦੇਈਏ, ਇਸ ਪਰਿਵਾਰ ਦਾ ਸਾਥ ਦੇਈਏ, ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਆ। ਔਰ ਸਿੱਖ ਕੌਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਾਂ ਅਸੀਂ, ਔਰ ਭਰਾਓ ਜੇ ਆਪਣੇ ਹੀ ਲੋਕ ਇਹਨਾਂ ਹਾਲਾਤਾਂ 'ਚ ਰਹਿਣਗੇ ਸਾਡੇ ਲਈ ਬਹੁਤ ਮਾੜੀ ਗੱਲ ਆ, ਸਾਡੇ ਕਿਸੇ ਵੀ ਕੀਤੇ ਕੰਮ ਨੂੰ ਕੋਈ ਫਾਇਦਾ ਨਹੀਂ ਜੇ ਅਸੀਂ ਆਪਣੇ ਲੋਕਾਂ ਨਾਲ ਹੀ ਨਹੀਂ ਖਲੋ ਸਕਦੇ। ਔਰ ਮੈਂ ਸਾਰੇ ਮੀਡੀਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੋ ਅੱਜ ਇਸ ਪਰਿਵਾਰ ਨਾਲ ਖੜਾ ਹੋਇਆ। ਧੰਨਵਾਦ।